ਕੌਣ ਗਏ ਹੋ ਤੇ ਤੁਸੀਂ ਸਾਰੇ ਉਹਨਾਂ ਦਾ ਇੰਤਜ਼ਾਰ ਕਰ ਰਹੇ ਹੋ ਜਦੋਂ ਤੱਕ ਇੰਤਜ਼ਾਰ ਚੱਲਦਾ ਕੁਝ ਸੁਣਨ ਵਾਲੀਆਂ ਗੱਲਾਂ ਦਿਲਾਂ ਤੇ ਅਸਰ ਰੱਖਣ ਵਾਲੀਆਂ ਗੱਲਾਂ ਕੁਝ ਲੋਕ ਤੱਕ ਲੋਕ ਗੀਤ ਤੁਹਾਡੀ ਮੈਂ ਨਜ਼ਰ ਕਰਦਾ ਜਿੱਥੇ ਮੈਂ ਸਾਰੇ ਮਾਲ ਪਰਿਵਾਰ ਦਾ ਬਾਠ ਪਰਿਵਾਰ ਦਾ ਪਹੁੰਚੇ ਹੋਏ ਰਿਸ਼ਤੇਦਾਰਾਂ ਮਿੱਤਰਾਂ ਦੋਸਤਾਂ ਦਾ ਤਹਿ ਦਿਲ ਨੂੰ ਸ਼ੁਕਰੀਆ ਅਦਾ ਕਰਦਾ ਉੱਥੇ ਸਾਡੀ ਪੰਜਾਬੀ ਗੀਤਕਾਰੀ ਦੇ ਬਹੁਤ ਹੀ ਮਹਾਨ ਹਸਤਾਖਰ ਜਿਹੜੇ ਪਿਛਲੇ 35-40 ਸਾਲ ਤੋਂ ਜਿਨ੍ਹਾਂ ਦੇ ਗਾਣੇ ਤੁਸੀਂ ਸਰਦੂਲ ਸਿਕੰਦਰ ਸਾਹਿਬ ਹੰਸਰਾਜ ਹੰਸ ਉਹ ਤੋਂ ਬਾਅਦ ਮੇਰੀ ਆਵਾਜ਼ 'ਚ ਦਰਜਨਾ ਗਾਣੇ ਸੁਣੇ ਆ ਕਮਲ ਹੀਰ ਦੀ ਆਵਾਜ਼ 'ਚ ਕੈਂਠੇ ਵਾਲਾ ਵਰਗੇ ਮਹਾਨ ਸ਼ਾਹਕਾਰ ਸੁਣੇ ਆ ਦਵਿੰਦਰ ਖੰਨੇ ਵਾਲਾ ਖਾਸ ਤੌਰ 'ਤੇ ਮਾਲ ਪਰਿਵਾਰ ਦੇ ਪਿਆਰ ਭਰੇ ਸੱਦੇ 'ਤੇ ਇੱਥੇ ਪਹੁੰਚੇ ਨੇ ਸਾਨੂੰ ਇੱਥੇ ਬੁਲਾਉਣ ਲਈ ਵੀ ਉਹਨਾਂ ਵੱਲੋਂ ਸਾਂਝਾ ਸੱਦਾ ਦਿੱਤਾ ਗਿਆ ਸੀ ਸੋ ਮੈਂ ਆਪਣੇ ਵੱਡੇ ਵੀਰ ਦਵਿੰਦਰ ਖੰਨੇ ਵਾਲਾ ਜਿਨ੍ਹਾਂ ਦੀ ਕਲਮ ਦੇ ਸੈਂਕੜੇ ਗਾਣੇ ਮੈਂ ਅਤੇ ਕਮਲ ਹੀਰ ਨੇ ਗਾਏ ਨੇ ਅਤੇ ਬਾਕੀ ਪੰਜਾਬ ਦੇ ਬਹੁਤ ਮਹਾਨ ਆਰਟਿਸਟਾਂ ਦੇ ਬਹੁਤ ਵੱਡੇ ਗਾਣੇ ਨੇ ਜਿਹੜੇ ਉਹਨਾਂ ਨੇ ਲਿਖੇ ਨੇ ਅਤੇ ਲਿਖਦੇ ਨੇ ਅਤੇ ਲਿਖਦੇ ਰਹਿਣਗੇ ਅਤੇ ਅਸੀਂ ਕੋਸ਼ਿਸ਼ ਕਰਾਂਗੇ ਹੋਰ ਆਰਟਿਸਟ ਵੀ ਉਹ ਚੀਜ਼ਾਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਮੈਂ ਆਪਣੇ ਵੱਲੋਂ ਜੀ ਆਇਆਂ ਵੈਲਕਮ ਉਹਨਾਂ ਨੂੰ ਕਹਿੰਦਾ ਜੀ ਅਤੇ ਜਿਵੇਂ ਪਰਿਵਾਰ ਦੇ ਸਾਰੇ ਨਾਂ ਬੋਲੇ ਗਏ ਸੀ ਸਾਰੇ ਬੜੀ ਕਿਰਪਾ ਆ ਪਰਮਾਤਮਾ ਦੀ ਏਡੇ ਏਡੇ ਵੱਡੇ ਅਹੁਦਿਆਂ 'ਤੇ ਸਾਰੇ ਸਾਡੇ ਵੀਰ ਪਹੁੰਚੇ ਨੇ ਅੱਜ ਆਪਣੇ ਬੱਚੇ ਨੂੰ ਵਿਆਹੁਣ ਲਈ ਆਏ ਨੇ ਸੋ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਹੋਇਆ ਮੈਂ ਸ਼ੁਰੂਆਤ ਇੱਥੋਂ ਕਰਦਾ ਕਿ ਰੱਬ ਕਰਕੇ ਪੰਜਾਬੀਆਂ ਦੀ ਸਰਦਾਰੀ ਬਣੀ ਜਦ ਤੱਕ ਸੂਰਜ ਵਿੱਚ ਚਮਕ ਰਵੇ ਤੇ ਜਦ ਤੱਕ ਸਾਗਰ ਵਿੱਚ ਆਬ ਰਵੇ ਐ ਰੱਬਾ ਓਨੇ ਚਿਰ ਤਾਈ ਖੁਸ਼ ਸਾਡਾ ਏ ਪੰਜਾਬ ਰਵੇ ਏਦਾਂ ਹੀ ਵੰਡੋ ਪਿਆਰ ਤੇ ਸਿਹਤ ਪਿਆਰੀ ਬਣੀ ਰਵੇ ਸਾਂਭਣਾ ਕਿੰਜ ਰਿੱਧਣਾ ਏ ਹਥਿਆਰਾਂ ਨੂੰ
ਪੰਜਾਬੀ ਜਦੋਂ ਅਸਰ ਕਰਦੀ ਜੋਸ਼ ਵਿੱਚ ਬੰਦਾ ਬੰਬ ਬੰਬ ਬੋਲੇ ਕੀੜੀ ਪਾਉਂਦੀ ਐ ਖੌਫ ਹਰ ਨਾਕਸ਼ਾਂ ਨੂੰ ਤਪਿਆ ਹੋਇਆ ਪ੍ਰਹਲਾਦ ਦਾ ਥੰਮ ਬੋਲੇ ਜਿਉਂਦੇ ਜੀ ਹੈ ਭਾਵੇਂ ਰਿਸ਼ਤੇਦਾਰ ਦੋਸਤ ਮਿੱਤਰ ਸਾਰੇ ਅੱਜ ਇਕੱਠੇ ਹੋਏ ਆ ਲੋਕ ਤੱਥ ਨੇ ਇਕੱਲੀ ਇਕੱਲੀ ਗੱਲ ਸੁਣਨ ਵਾਲੀ ਮੇਰੇ ਛੋਟੇ ਵੀਰ ਕਮਲ ਹੀਰ ਦੇ ਇਹ ਓਰਿਜਨਲੀ ਰਿਕਾਰਡਡ ਨੇ ਮੈਂ ਪੇਸ਼ ਕਰਦਾ ਡਾਕਰ ਜ਼ਮੀਰ ਲੋਕ ਤੱਥ
ਇੱਕ ਡਾਕਟਰ ਸਰਜੀਤ ਪਾਤਰ ਦਾ ਸ਼ੇਰ ਆ ਕਹਿੰਦਾ ਖੂਬ ਨੇ ਇਹ ਝਾਂਜਰਾਂ ਛਣਕਣ ਲਈ ਝਾਂਜਰਾਂ ਤਾਂ ਛਣਕ ਹੀ ਸਕਦੀਆਂ ਖੂਬ ਨੇ ਇਹ ਝਾਂਜਰਾਂ ਛਣਕਣ ਲਈ ਪਰ ਚਾਹ ਵੀ ਤਾਂ ਕੋਈ ਦੇ ਨੱਚਣ ਲਈ ਮੈਂ ਲੋਕ ਤੱਥਾਂ ਦੇ ਚੱਕਰ 'ਚ ਸੀ ਮੈਂ ਕਿਹਾ ਨਵੀਵੇ ਜੋੜੀ ਆਊਗੀ ਸਾਰੀ ਸੰਗਤ ਬੈਠੀ ਹੋਈ ਹੈ ਇੱਕ ਲਾਈਟਾਂ ਮੈਂ ਲਵਾ ਲਈਆਂ ਮੈਂ ਹਨੇਰਾ ਜਿਹਾ ਲੱਗਾ ਕੇ ਅਤੇ ਸਾਡੀਆਂ ਭੈਣਾਂ ਜਿਨ੍ਹਾਂ ਦੇ ਚਾਰ ਅੰਦਰ ਨੱਚ ਰਹੇ ਆ ਉਹਨਾਂ ਨੇ ਇੱਕ ਗੇੜਾ ਦੇਣਾ ਫਿਰ ਬਾਅਦ ਜਦੋਂ ਨਵੀਂ ਵਿਆਹ ਜੋੜੀ ਆ ਗਈ ਫਿਰ ਤਾਂ ਬੈਠਣਾ ਹੀ ਨਹੀਂ ਤਾਂ ਆਪਾਂ ਸੋ ਆਓ ਤੁਸੀਂ ਜੀ ਆਇਆਂ ਸਾਡੇ ਬਹੁਤ ਹੀ ਪਿਆਰੇ ਵੀਰ ਮੈਂ ਸ਼ੁਕਰੀਆ ਅਦਾ ਕਰਦਾ ਦਵਿੰਦਰ ਖੰਨੇ ਵਾਲਾ ਜਿਹੜੇ ਖਾਸ ਤੌਰ 'ਤੇ ਵੀਰ ਸਾਡੇ ਪਹੁੰਚੇ ਨੇ ਇੱਥੇ ਜਿਨ੍ਹਾਂ ਦੇ ਪਤਾ ਨਹੀਂ ਕਿੰਨੇ ਗਾਣੇ ਮੈਂ ਗਾ ਦਿੱਤੇ ਆ ਇੱਕ ਪੁਰਾਣਾ ਗਾਣਾ ਮੈਂ ਸ਼ੁਰੂ 'ਚ ਪੁਰਾਣਾ ਤਾਂ ਕਦੇ ਵੀ ਨਹੀਂ ਹੋਣਾ ਪਰ ਸ਼ੁਰੂ 'ਚ ਗਾਇਆ ਸੀ ਉਹ ਅਤੇ ਜਿਹੜੇ ਮੇਰੇ ਹਮ ਉਮਰ ਹੈ ਉਹਨਾਂ ਦੇ ਦਿਲ 'ਤੇ ਬੈਠਾ ਹੋਇਆ ਸਾਂਝੀ ਕਰ ਲਾਂਗੇ ਇਹ ਤੋਂ ਵੱਡੀ ਜਿਹੜੀ ਬਖਸ਼ਿਸ਼ ਆ ਪਰਮਾਤਮਾ ਨੇ ਕੀਤੀ ਸਾਡੇ ਪਰਿਵਾਰ 'ਤੇ ਕਮਲਵੀਰ 'ਤੇ ਮੇਰੇ 'ਤੇ ਸੰਗਤਾਰ 'ਤੇ ਦੇਖੋ ਸਾਡੇ ਇੰਸਪੈਕਟਰ ਸਾਹਿਬ ਮਾਲ ਸਾਹਿਬ ਉਹ ਕਹਿੰਦੇ ਬੇਟੀ ਦੇ ਵਿਆਹ 'ਤੇ ਵੀ ਜਗਜੀਤ ਮੁੰਡੀ ਸਾਡਾ ਬਹੁਤ ਪਿਆਰਾ ਛੋਟਾ ਵੀਰ ਬੇਟੀਆਂ ਦੇ ਵਿਆਹ 'ਤੇ 16 'ਚ ਵੀ ਮੈਂ ਖੜਾ ਲਾਇਆ ਅਤੇ ਅੱਜ ਬੇਟੇ ਦੇ ਵਿਆਹ 'ਤੇ ਵੀ ਨਹੀਂ ਤਾਂ ਮੇਰਾ ਖਿਆਲ ਇੰਨੀ ਆਪਸ਼ਨ ਆ ਪੰਜਾਬ ਦੇ ਵਿੱਚ ਸੈਂਕੜੇ ਨਹੀਂ ਹਜ਼ਾਰਾਂ 'ਚ ਕਲਾਕਾਰ ਆ ਸੋ ਧੰਨਵਾਦ ਹੀ ਕਹਿ ਸਕਦਾ ਮੈਂ ਜੀ ਇਹ ਤੋਂ ਵੱਡਾ ਸਭ ਤੋਂ ਵੱਡਾ ਧੰਨਵਾਦ ਦਵਿੰਦਰ ਖੰਨੇ ਵਾਲਾ ਸਾਡਾ ਵੀਰ ਜਿਨ੍ਹਾਂ ਨੇ ਖੰਨੇ ਦਾ ਨਾਮ ਪੂਰੀ ਦੁਨੀਆ 'ਚ ਗੀਤਾਂ ਦੇ ਜ਼ਰੀਏ ਕੀਤਾ ਜਿਹੜਾ ਸਭ ਤੋਂ ਪਹਿਲਾਂ ਮਨਾਂ ਦਾ ਗੀਤ ਗਾਇਆ ਉਹ 'ਚ ਸੱਜਰੇ ਲਫ਼ਜ਼ ਆਉਂਦਾ ਅਤੇ ਉਹ ਸਦਾ ਹੀ ਸੱਜਰਾ ਰਹਿਣਾ ਉੱਥੋਂ ਹੀ ਸ਼ੁਰੂ ਕਰੀਏ ਫਿਰ ਹਾਂਜੀ ਤੁਸੀਂ ਬੱਚਿਆਂ ਲੈ ਕੇ ਬਲੀਏ ਬਣਾ ਕੇ ਝਾਂਜਰ ਤੇਰੀ ਨਾਲ ਨਾਲ ਤੇਰੇ ਤੋਂ